ਘਰ ਦੀਆਂ ਜ਼ਰੂਰਤਾਂ ਵਾਸਤੇ ਅਸੀਂ ਇਹਨਾਂ ਨੂੰ ਜ਼ਮੀਨ ਵੇਚੀ ਸੀ 21,70,000 ਰੁਪਏ ਦੀ। ਅਤੇ ਇਹਨਾਂ ਨਾਲ ਪ੍ਰੇਮ ਪਿਆਰ ਸੀ ਡੈਡੀ ਹੋਣਾ ਦਾ। ਇਹਨਾਂ ਨੇ ਸਾਨੂੰ 10,00,000 ਰੁਪਈਆ ਹੌਲੀ ਹੌਲੀ ਕਰਕੇ ਕੁਝ ਦਿੱਤਾ ਸੀ। ਬਾਕੀ ਜਿਹੜਾ ਹੈਗਾ ਸੀ ਇਹਨਾਂ ਨੇ 11,72,000 ਰੁਪਇਆ ਇਹਨਾਂ ਨੇ ਆਪਦੇ ਕੋਲ 1.30 ਰੁਪਏ ਵਿਆਜ 'ਤੇ ਆਪਦੇ ਕੋਲ ਰੱਖ ਰਿਹਾ ਸੀ। ਅਤੇ ਬੜੇ ਹੀ ਪ੍ਰੇਮ ਨਾਲ ਸਦਬ ਨਾਲ ਕਿਹਾ ਸੀ ਵੀ ਅਸੀਂ ਤੁਹਾਡਾ, ਅਸੀਂ ਆਪਦੇ ਹਾਂ, ਤੁਹਾਡੇ ਹੀ ਧੀ ਪੁੱਤਰ ਹਾਂ, ਤੁਹਾਨੂੰ ਅਸੀਂ ਵਿਆਜ ਦਿੰਦੇ ਰਹਾਂਗੇ ਅਤੇ ਜਦੋਂ ਤੁਸੀਂ ਪੈਸੇ ਸਾਡੇ ਕੋਲੋਂ ਮੰਗੋਗੇ ਤੁਹਾਡੇ ਇੱਕ ਬੋਲ 'ਤੇ ਤੁਹਾਨੂੰ ਅਸੀਂ ਪੈਸੇ ਦੇ ਦਾਂਗੇ। ਅਤੇ ਅੱਜ ਸਾਨੂੰ ਪੈਸਿਆਂ ਦੀ ਜ਼ਰੂਰਤ ਸੀ, ਕਰੀਬ 3 ਸਾਲ ਹੋ ਗਏ ਸਾਡੇ ਕੋਲ ਅਸੀਂ ਪੈਸੇ ਮੰਗ ਰਹੇ ਹਾਂ, ਲਗਾਤਾਰ ਮੰਗ ਰਹੇ ਹਾਂ, ਸਾਨੂੰ ਇਹ ਪੈਸੇ ਨਹੀਂ ਦੇ ਰਹੇ। ਅੱਗੋਂ ਸਾਨੂੰ ਇਹ ਧਮਕੀਆਂ ਦਿੰਦੇ ਆ, ਤੁਹਾਡੇ 'ਤੇ ਅਸੀਂ ਕੇਸ ਕਰਾ ਦਾਂਗੇ, ਸਾਡੇ ਘਰ ਵੜ ਗਏ ਤਾਂ ਤੁਹਾਨੂੰ ਇਹ ਕਰਾ ਦਾਂਗੇ। ਅਤੇ ਪੈਸੇ ਦੇਣ ਤੋਂ ਬਿਲਕੁਲ ਇਨਕਾਰ ਕਰਤਾ ਜੀ। ਇਹਨਾਂ ਨੇ ਸਾਨੂੰ ਚੈੱਕ ਲਿਖ ਕੇ ਦੇ ਦਿੱਤੇ ਸਾਨੂੰ ਖੱਜਲ ਖੁਆਰ ਹੋਣ ਵਾਸਤੇ ਵੀ ਤੁਸੀਂ ਜਾ ਕੇ ਚੈੱਕ ਲਾ ਦਿਓ, ਤਰੀਕਾਂ ਭਰ ਕੇ ਦੇਤੀਆਂ ਉਸੇ ਪੰਜਾਬ ਨੈਸ਼ਨਲ ਬੈਂਕ ਦੀ ਦੇ ਸਾਈਕਲ ਬਾਜ਼ਾਰ ਦੀ, ਵੀ ਤੁਸੀਂ ਜਾ ਕੇ ਚੈੱਕ ਲਾਓ, ਤੁਹਾਡੀ ਪੇਮੈਂਟ ਤੁਹਾਡੇ ਖਾਤੇ ਵਿੱਚ ਆ ਜਾਏਗੀ। ਚੈੱਕ ਦੀ ਡੇਟ ਆਉਣ ਤੋਂ 2 ਦਿਨ ਪਹਿਲਾਂ ਇਹਨਾਂ ਨੂੰ ਫੋਨ ਕੀਤਾ ਜੀ ਵੀ ਅਸੀਂ ਚੈੱਕ ਲਾ ਦਈਏ ਕਿ ਨਾ ਲਾ ਦਈਏ, ਤੁਸੀਂ ਸਾਨੂੰ ਹੱਥ ਵਿੱਚ ਪੈਸੇ ਦੇ ਦਿਓਗੇ? ਕਹਿੰਦੇ ਨਹੀਂ ਜੀ, ਤੁਸੀਂ ਚੈੱਕ ਲਾ ਦਿਓ, ਤੁਹਾਡੀ ਖਾਤੇ 'ਚ ਪੇਮੈਂਟ ਆ ਜਾਏਗੀ। ਅਸੀਂ ਚੈੱਕ ਲਾਤਾ ਜੀ, ਚੈੱਕ ਇਹਨਾਂ ਦੇ ਖਾਤੇ 'ਚ ਕੋਈ ਪੇਮੈਂਟ ਨਹੀਂ ਸੀਗੀ, ਚੈੱਕ ਬਾਊਂਸ ਹੋ ਗਿਆ ਜੀ। ਫਿਰ ਅਸੀਂ ਇਹਨਾਂ ਨੂੰ ਉਸੇ ਦਿਨ ਹੀ ਵਾਰਤਾਲਾਪ ਕੀਤੀ ਇਹਨਾਂ ਨਾਲ ਵੀ ਸਾਡੇ ਵਿੱਚ ਪੈਸੇ ਨਹੀਂ ਆਏ। ਕਹਿੰਦੇ ਹਫ਼ਤੇ ਬਾਅਦ ਫਿਰ ਤੁਸੀਂ ਚੈੱਕ ਲਾ ਦਿਓ, ਪੇਮੈਂਟ ਆ ਜਾਏਗੀ। ਹਫ਼ਤੇ ਬਾਅਦ ਅਸੀਂ ਫਿਰ ਚੈੱਕ ਲਾਤਾ ਜੀ, ਕੋਈ ਪੇਮੈਂਟ ਨਹੀਂ ਆਈ। ਫਿਰ ਅਸੀਂ ਇਹਨਾਂ ਨਾਲ ਗੱਲਬਾਤ ਕੀਤੀ, ਕਹਿੰਦੇ ਜੋ ਤੁਸੀਂ ਕਰਨਾ ਕਰ ਲਓ, ਤੁਸੀਂ ਕੇਸ ਲਾ ਦਿਓ, ਤੁਹਾਡੀ ਪੇਮੈਂਟ ਆ ਜਾਏਗੀ। ਹਰ ਪੰਚਾਇਤ ਵਿੱਚ ਇਹ ਪੈਸੇ ਦੇਣ ਨੂੰ ਇਹ ਮੰਨਿਆ ਵੀ ਇਹਨਾਂ ਨੇ ਮੈਂ ਪੈਸੇ ਦੇਣੇ ਆ, ਅਤੇ 1 ਤਰੀਕ ਦੇ ਦਿੰਦਾ ਸੀ ਇਸ ਤਰੀਕ ਨੂੰ ਮੈਂ ਇਹਨਾਂ ਦੇ ਪੈਸੇ ਦੇ ਦਾਂਗਾ, ਅਤੇ ਉਸ ਤਰੀਕ 'ਤੇ ਆ ਕੇ ਇਹ ਮੁੱਕਰ ਜਾਂਦਾ ਸੀ। ਇਹਨੇ ਸਾਨੂੰ ਪੈਸਾ ਨਹੀਂ ਦਿੱਤਾ। ਅਸੀਂ ਬੜੀਆਂ ਮਿੰਨਤਾਂ ਕੀਤੀਆਂ, ਬੜੇ ਤਰਲੇ ਪਾਏ, ਮੇਰੀ ਮਾਂ ਬਿਮਾਰ ਹੈ, ਦਵਾਈ ਚੱਲਦੀ ਹੈ, ਅਸੀਂ ਇਹਨਾਂ ਕੋਲ ਪੈਸੇ ਮੰਗ ਮੰਗ ਕੇ ਥੱਕ ਗਏ ਹਾਂ, ਹਾਰ ਗਏ ਹਾਂ, ਸਾਨੂੰ ਇਹਨਾਂ ਪੈਸੇ ਨਹੀਂ ਦਿੱਤੇ। ਹੁਣ ਸਾਨੂੰ ਧਮਕੀਆਂ ਦਿੰਦੇ ਜੇ ਮੇਰੇ ਘਰ ਪੈਸੇ ਮੰਗਣ ਆਓਗੇ ਤਾਂ ਤੁਸੀਂ ਆਪਦੀ ਜਾਨ ਮਾਲ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ, ਤੁਹਾਡੇ ਨਾਲ ਪਤਾ ਨਹੀਂ ਕੀ ਕੁਝ ਹੋ ਜਾਣਾ। ਉਸ ਤੋਂ ਬਾਅਦ ਮੈਂ ਆਪਣੇ ਸਾਥੀਆਂ ਨੂੰ, ਮੈਂ ਇਹਨਾਂ ਨੂੰ ਮੋਹਤਵਾਰ ਬੰਦਿਆਂ ਨੂੰ ਮੈਂ ਮਿੰਨਤ ਕੀਤੀ ਆ, ਇਹਨਾਂ ਦਾ ਸਾਥ ਮੰਗਿਆ, ਇੱਕ ਇਨਸਾਫ ਵਜੋਂ ਮੇਰੇ ਨਾਲ ਸਾਰੇ ਖੜ੍ਹੇ ਨੇ। ਇਹਦੇ ਕਰਕੇ ਸ਼ਾਂਤਮਈ ਅਸੀਂ ਧਰਨਾ ਲਾਇਆ ਬੈਠੇ ਹਾਂ ਵੀ ਸਾਡਾ, ਸਾਡੀ ਜਿਹੜੀ ਪੂੰਜੀ ਹੈ ਸਾਨੂੰ ਸਾਡੀ ਝੋਲੀ ਪਾ ਦਿਉ, ਅਸੀਂ ਚੁੱਪ ਕਰਕੇ ਆਪਦੇ ਘਰ ਚਲੇ ਜਾਂਦੇ ਹਾਂ। ਹੋਰ ਜੀ ਬਸ ਇਹੀ ਗੱਲ ਹੈ। ਪਹਿਲੀ ਕਰੀਬ 4 ਕਨਾਲਾਂ ਸੀਗੀ ਅਤੇ 21,70,000 ਦਾ ਸੌਦਾ ਹੋਇਆ ਸੀ। ਕੁਝ ਕੱਚੀ ਜ਼ਮੀਨ ਸੀ, 5 ਕਨਾਲਾਂ ਰਜਿਸਟਰੀ ਹੋਈ ਸੀ ਜੀ, ਵੱਡੇ ਵੀਰੇ ਦੇ ਨਾਂ 'ਤੇ ਰਜਿਸਟਰੀ ਸੀਗੀ, ਰਜਿਸਟਰੀ ਹੋਈ ਸੀਗੀ, ਅਤੇ ਕਰੀਬ 9 ਸਾਲ ਪਹਿਲਾਂ ਦੀ ਗੱਲ ਹੈ। ਅਤੇ ਜਿਹੜੀ ਲਿਖਤ ਇਹਨਾਂ ਨੇ ਹੁਣ ਕਰਕੇ ਦਿੱਤੀ ਹੈ ਉਹ ਕਰੀਬ 11 ਮਹੀਨੇ ਪਹਿਲਾਂ ਲਿਖਤ ਕਰਕੇ ਦਿੱਤੀ, ਪਹਿਲਾਂ ਕੋਈ ਲਿਖ ਪੜ੍ਹ ਨਹੀਂ ਸੀਗੀ। ਇੱਕ ਵਿਸ਼ਵਾਸ ਦੇ ਤੌਰ 'ਤੇ, ਇੱਕ ਇਨਸਾਨੀਅਤ ਨਾਤੇ ਅਸੀਂ ਵੀ ਚੰਗਾ ਬੰਦਾ ਸਮਝ ਕੇ ਅਸੀਂ ਵੀ ਬਹੁਤ ਵਧੀਆ ਬੰਦਾ, ਸਾਰਿਆਂ ਦਾ ਸਾਥ ਦੇਣ ਵਾਲਾ ਬੰਦਾ, ਅਸੀਂ ਵਿਸ਼ਵਾਸ ਦੇ ਤੌਰ 'ਤੇ ਪੈਸੇ ਰੱਖਦੇ। ਜਿਵੇਂ ਜਿਵੇਂ ਇਹਨਾਂ ਕੋਲ ਪੈਸੇ ਮੰਗੇ ਤਾਂ ਹੁਣ ਸਾਨੂੰ ਪਤਾ ਲੱਗਿਆ ਅਤੇ ਹੁਣ ਇਹ ਪੈਸੇ ਦੇਣ ਤੋਂ ਮੁੱਕਰ ਗਏ। ਸਾਡੀ ਕੋਈ ਆੜਤ ਨਹੀਂ ਸੀ ਜੀ, ਇੱਕ ਅਸੀਂ ਬਸ ਜ਼ਰੂਰਤਮੰਦ ਸੀਗੇ, ਅਸੀਂ ਜ਼ਮੀਨ ਇਹਨਾਂ ਨੂੰ ਵੇਚੀ ਸੀ, ਇਹ ਸ਼ਾਹੂਕਾਰ ਸੀਗੇ, ਲੈਂਡਲਾਰਡ ਬੰਦੇ ਸੀ, ਅਸੀਂ ਜ਼ਮੀਨ ਵੇਚਤੀ, ਚਲਾ ਦੀ ਜ਼ਰੂਰਤ ਨੂੰ ਵੇਚਤੀ। ਦਸਤਾਵੇਜ਼ ਹੈਗੇ ਜੀ ਸਾਡੇ ਕੋਲ, ਚੈੱਕ ਹੈਗੇ ਜੀ ਇਹਨਾਂ ਦੇ ਹੱਥ 'ਤੇ ਲਿਖੇ ਹੋਏ ਆ ਜੀ, ਔਰ ਸਾਡੇ ਕੋਲ ਇੱਕ ਨੋਟਰੀ ਪਬਲਿਕ ਰਸੀਦ ਹੋਈ ਹੈ ਜੀ, ਜਿੱਥੇ ਇਹਨਾਂ ਨੇ ਆਪ ਲਿਖ ਕੇ ਦਿੱਤਾ ਵੀ ਇਹਨਾਂ ਨੂੰ ਮੈਂ 1 ਰੁਪਇਆ ਦੇਣਾ, 1.30 ਰੁਪਏ ਦੇਣ ਦਾ ਮੈਂ ਪਾਬੰਦ ਹੋਵਾਂ। ਕੋਈ ਪੈਸਾ ਨਹੀਂ ਆਇਆ ਜੀ, ਕਿਸੇ ਤਰੀਕ 'ਤੇ ਕੋਈ ਪੈਸਾ ਨਹੀਂ ਆਇਆ। ਜਿਹੜੀ ਲਿਖਤ ਹੈਗੀ ਉਸ ਦੇ ਮੁਤਾਬਿਕ 11,72,500 ਰੁਪਏ ਬਣਦਾ ਜੀ, ਅਤੇ 1.30 ਰੁਪਏ ਜਿਹੜੀ ਇਹਨਾਂ ਨੇ ਮੰਨੀ ਹੈ ਸਾਨੂੰ ਦੇਣੀ। ਦੇਖੋ ਜੀ, ਇੱਥੇ ਮਾਤਾ ਹੈਗੇ ਨੇ, ਮਾਤਾ ਜੀ ਦਵਾਈ ਦੱਪਾ ਵਾਸਤੇ ਕੁਛ ਵੀ ਨਹੀਂ, ਹੁਣ ਮਾਤਾ ਕਹਿੰਦੇ ਮੈਂ ਤਾਂ ਤਦ ਤੱਕ ਮਰਨ ਵਰਤੇ ਬੈਠੀ ਹਾਂ ਜਦ ਤੱਕ ਮੇਰੀ, ਮੈਨੂੰ ਇਨਸਾਫ ਨਹੀਂ ਮਿਲਦਾ, ਮੇਰੀ ਪੂੰਜੀ ਨਹੀਂ ਦਿੰਦੀ। ਹਾਂਜੀ, ਇੱਕ ਆਪਣਾ ਕਿਸਾਨ ਹੈ ਪਰਵਿੰਦਰ, ਆਹ ਮਾਤਾ ਜੀ ਹੈ, ਇਹਨਾਂ ਨੇ ਅੱਜ ਮਰਨ ਵਰਤ ਦੇ ਬੈਠਣ ਦੀ ਕਾਲ ਦਿੱਤੀ ਸੀ, ਇਹਨਾਂ ਨੇ ਪੈਸੇ ਲੈਣੇ ਸੀ। ਆਹ ਸਾਹਮਣੇ ਉਹਨਾਂ ਦਾ ਗੇਟ ਹੈ, ਇਹਨਾਂ ਤੋਂ 11,70,000 ਰੁਪਇਆ ਮੂਲ ਪਲੱਸ ਵਿਆਜ ਸੀ, 3 ਸਾਲ ਹੋ ਗਏ ਇਹਨਾਂ ਨੂੰ ਲਾਰੇ ਲਾ ਰਹੇ ਹੈ।
ਕਦੇ ਕਹਿੰਦੇ ਸਵੇਰੇ ਦੇਵਾਂਗੇ, ਕਦੇ ਕਹਿੰਦੇ ਪਰਸੋਂ ਦੇਵਾਂਗੇ। ਅਸੀਂ ਵੀ ਕਈ ਵਾਰੀ ਕੋਸ਼ਿਸ਼ ਕੀਤੀ, ਇੱਥੇ ਘਰ ਆ ਕੇ ਮਿਲਣ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਨਹੀਂ ਮਿਲੇ। ਇਹ ਉਹਨਾਂ ਦੇ ਪੈਸੇ ਨਹੀਂ ਦੇ ਰਹੇ, ਇਹ ਮਾਤਾ ਜੀ ਬੈਠੇ ਮਰਨ ਵਾਸਤੇ। ਇਹਨਾਂ ਦੀ ਸਪੋਰਟ 'ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਕਿਸਾਨ ਭਲਾਈ ਸਭਾ ਦੋਵੇਂ ਜਥੇਬੰਦੀਆਂ ਆ ਕੇ ਬੈਠੀਆਂ। ਅਸੀਂ ਸ਼ਾਂਤਮਈ ਪ੍ਰਦਰਸ਼ਨ ਇੱਥੇ ਬੈਠਾਂਗੇ ਬਾਰ ਦੇ ਵਿੱਚ, ਜਿੰਨਾ ਚਿਰ ਇਹ ਕੋਈ ਮਸਲਾ ਹੱਲ ਨਹੀਂ ਹੁੰਦਾ ਉਨੀ ਦੇਰ ਲਗਾਤਾਰ ਜਾਰੀ ਰਹੂਗਾ ਧਰਨਾ। ਇਹਨਾਂ ਨੇ ਜ਼ਮੀਨ ਵੇਚੀ ਸੀ, ਪੈਲੀ ਵੇਚੀ, ਪੈਲੀ ਇਹਨਾਂ ਨੇ ਅੱਗੇ ਵੇਚਤੀ, ਉਹਦੇ ਵਿੱਚੋਂ 40-42 ਲੱਖ ਰੁਪਈਆ ਮੁਨਾਫਾ ਵੀ ਕਮਾ ਲਿਆ। ਪਰ ਇਹਨਾਂ ਦਾ ਜਿਹੜਾ ਸੀਗਾ 11,70,000-72,000 ਰੁਪਈਆ, ਉਹਦਾ ਇਹਨਾਂ ਨੂੰ ਕਹਿੰਦੇ ਤੁਹਾਨੂੰ ਵਿਆਜ ਦੇ ਦਿਆਂਗੇ 1.30 ਰੁਪਈਆ। ਉਹ ਨਾ ਤਾਂ ਵਿਆਜ ਤਾਂ ਦੇਣਾ ਕਿਸੀ, ਮੂਲ ਵੀ ਮੁੱਕਰ ਗਈ। ਆਂਡ ਇਹ ਕਰਦੇ ਵੀ ਉਹਨਾਂ ਦੇ ਪੈਸੇ ਸਮੇਤ ਵਿਆਜ ਦਿੱਤੇ ਜਾਣ, ਹੁਣੇ ਦੇ ਦੇਣਾ, ਸਾਡਾ ਤਾਂ ਇੱਥੇ ਧਰਨੇ 'ਤੇ ਬਹਿਣਾ ਕੋਈ ਜ਼ਰੂਰੀ ਹੈ ਨਹੀਂ ਜੀ। ਪਰੂਫ ਸਾਰੇ ਸਾਡੇ ਕੋਲ ਹੈ, ਚੈੱਕ ਹੈ ਜਿਹੜਾ ਇਹਨਾਂ ਦਾ, ਨੋਟਰੀ ਟੈਸਟ ਲਿਖਿਆ ਹੋਇਆ, ਚੈੱਕਾਂ ਦੀ ਡੇਟ ਪਾਈ ਵੀ ਉੱਤੇ, ਉਹ ਸਾਰਾ ਕੁਛ ਲਿਫਾਫੇ ਦੇ ਵਿੱਚ ਹੈ ਮੁੰਡੇ ਦੇ ਕੋਲ, ਉਹ ਤੁਹਾਨੂੰ ਵਿਖਾ ਦਿੰਦੇ। ਅਗਲਾ ਫੈਸਲਾ ਇਹ ਹੈ ਜੀ, ਇਹ ਹੁਣ ਮਰਨ ਵਰਤੇ ਬੈਠੇ ਆ, ਇੱਥੇ ਸਪੋਰਟ 'ਤੇ ਬੈਠੇ ਆ ਜੀ। ਫੈਸਲਾ ਹੈ ਰੁਪਈਏ ਵੀ ਇਹਦੇ ਕੋਲ ਸੀ, ਪਹਿਲਾਂ ਮੈਨੂੰ ਕਹਿੰਦਾ ਸੀ ਤੁਹਾਡੀ ਇੱਕ ਹੈਗੀ ਰੋਟੀ ਅਤੇ ਬੱਚੇ ਤੇਰੇ ਖਾ ਜਾਂਦੇ, ਤੂੰ ਰੱਖੀ ਰੱਖ, ਤੈਨੂੰ ਅੰਦਰ ਵੜ ਕੇ ਮੈਂ ਦੇ ਦੇਵਾਂਗਾ ਪੈਸੇ। ਮੈਂ ਕਿਹਾ ਨੇ ਰਕੇਸ਼ ਮੈਂ ਕੁੜੀ ਦੀ ਸ਼ਾਦੀ ਕਰਨੀ, ਮੇਰੇ ਪੈਸੇ ਵਾਪਸ ਦੇ ਦੇ। ਇਹਨੇ ਨਹੀਂ ਦਿੱਤੇ। ਬੜੀ ਵਾਰੀ ਮੈਂ ਆਈ ਇਹਦੀ ਮਿੰਨਤਾਂ ਕੀਤੀਆਂ, ਮੈਂ ਕਿਹਾ ਵੀ ਤੇਰੇ ਤਾਏ ਨੇ ਅਤੇ ਮੇਰੇ ਸਹੁਰੇ ਨੇ ਇਕੱਠੀ ਸਰਪੰਚੀ ਮੈਂਬਰੀ ਕੀਤੀ ਹੋਈ ਹੈ, ਅਤੇ ਮੈਂ ਉਹਨਾਂ ਦੇ ਮੂੰਹ ਨੂੰ ਸੋਚਣੀ ਹਾਂ। ਮੈਂ ਕਹਿੰਦੀ ਹਾਂ ਕਾਕਾ ਵੀ ਤੂੰ ਮੈਨੂੰ ਦੇ ਦੇ, ਮੈਂ ਤੈਨੂੰ ਵੱਡੇ ਪੁੱਤਰ ਦੇ ਸਮਾਨ ਸਮਝਿਆ। ਅਤੇ ਇਹਨੇ ਕੋਈ ਮੈਨੂੰ ਨਹੀਂ ਇਹਨੇ ਦਿੱਤੇ ਵਾਰ ਜਵਾਬ। ਅਤੇ ਮੈਂ ਕਿਹਾ ਮੈਂ ਮਰ ਜਾਵਾਂਗੀ, ਮੈਂ ਤੇਰੇ ਘਰੇ ਆ ਕੇ ਬਹਿ ਜਾਣੀ, ਅਤੇ ਮੈਨੂੰ ਦੇ ਦੇ ਤੂੰ, ਇਹਨਾਂ ਕਈ ਪੈਸੇ ਇਕੱਠੇ ਜਾਣਗੇ, ਵੀ ਕੋਈ ਡਾਂ ਨਹੀਂ ਦਿੰਦੇ ਵੀਰ ਜੀ ਆ ਇੱਥੇ ਆ ਕੇ ਇਹ ਮੁਸੀਬਤ 'ਤੇ ਖੜ੍ਹੇ ਹੋਣ। ਪੈਲੀ ਸਾਡੀ ਸੀ, ਹੋਰ ਕੀ ਸੀ, ਪਹਿਲੀ ਚਾਰ ਕਨਾਲਾਂ ਕੱਚੀ ਪੱਕੀ ਜਿਹੜੀ ਇਹਨੂੰ ਪਿੱਛੇ ਦਿੱਤੀ, ਪਹਿਲਾਂ ਵਾਲੀ ਤਾਂ ਪਹਿਲਾਂ ਵਾਲੀ ਨਿਬੜ ਗਏ, ਇਹ ਜਿਹੜੀ ਪਿਛਲੀ ਹੈ ਆ ਉੱਤੇ ਸਾਰਾ ਅਸੀਂ ਫੈਸਲਾ ਇਹ ਲੈਣਾ ਸਾਡੀ ਪੇਮੈਂਟ ਮਿਲ ਜਾਵੇ ਸਾਰੀ, 2 ਲੱਖ ਉਸ ਮੁੰਡੇ ਦੀ, ਬਾਕੀ ਮੇਰਾ ਹੈਗਾ ਸਰ, ਹੈਗਾ ਵੀ ਮੇਰੇ ਨਾਂ ਹੀ। ਅਗਲਾ ਫੈਸਲਾ ਮੇਰੀ ਪੇਮੈਂਟ ਚੋਲੀ ਪਾਵੇ, ਉਹਨਾਂ ਚਿਰ ਬਹਿ ਕੇ ਮਰਨ ਵਰ ਮਰ ਜਾਵਾਂਗੀ, ਪਰ ਮੈਂ ਉੱਠਾਂ ਨਹੀਂ ਨਾ ਜਿੰਨਾ ਚਿਰ ਮੇਰੀ ਪ੍ਰੋਟੀ ਨਾ ਮਿਲੇ। ਮੇਰਾ ਪੈਸਾ ਆਪ ਦਾ ਸਣੇ ਵਿਆਜ 14.25 ਲੱਖ ਮੁੱਕੜਿਆ ਪਿਆ, 2 ਲੱਖ ਉਹਦੇ 16 ਲੱਖ ਰੁਪਈਆ ਹੈਗਾ ਮੇਰੇ ਬੰਦੇ ਦੀ ਜਾਇਦਾਦ, ਅੱਜ ਮਰੇ ਬੰਦੇ ਦੀ ਮਰੇ ਨੱਪੇ ਨੱਪਣ ਦੇ ਆਉਂਗੇ। ਆਪੇ 'ਚ ਪੈਸੇ ਲੈਣ ਦੇ ਨੇ ਸੀ, ਸੇਵ ਆਰਤੀ ਨੇ ਇਹਨਾਂ ਦੀ ਜ਼ਮੀਨ ਖਰੀਦੀ ਸੀ, ਉਹਦੇ 'ਚ ਕੁਝ ਪੈਸੇ ਦੇ ਦਿੱਤੇ ਸੀ ਜੋ ਸਾਨੂੰ ਮੁੱਢਲੇ ਤੌਰ 'ਤੇ ਪਤਾ ਲੱਗਾ, ਅਤੇ ਕੁਝ ਪੈਸੇ ਦੇਣ ਦੇ ਬਦਲੇ ਇਹਨੇ ਚੈੱਕ ਦੇ ਸੀ, ਉਹ ਦੂਸਰੀ ਪਾਰਟੀ ਨੇ ਚੈੱਕ ਮਤਲਬ ਲਏ ਸੀ ਬੈਂਕ 'ਚੋਂ, ਚੈੱਕ ਬਾਊਂਸ ਹੋ ਗਏ। ਇਹਨਾਂ ਨੂੰ ਪੈਸੇ ਦਾ ਲੈਣ ਦੇਣ ਦਾ ਮਸਲਾ ਹੈਗਾ, ਬਾਕੀ ਕੋਈ ਸਾਡੇ ਡਾਇਰੈਕਟ ਪੁਲਿਸ ਦੀ ਇਹਦੇ 'ਚ ਕਾਰਵਾਈ ਨਹੀਂ ਬਣਦੀ ਹੈਗੀ। ਫਿਰ ਵੀ ਸਾਡੇ ਕੋਈ ਚੌਂਕੀ ਕੋਈ ਲੋਕਾਂ ਦਰਖਾਸਤ ਦੇ ਗਏ, ਉਸ ਦੇਖ ਲਾਂਗੇ ਜੋ ਵੀ ਸਾਡਾ ਮੈਟਰ ਬਣਦਾ ਤਾਂ ਜ਼ਰੂਰ ਕਾਰਵਾਈ ਕੀਤੀ ਜਾਏਗੀ। ਸਾਨੂੰ ਮੈਨੂੰ ਹੁਣ ਪਤਾ ਲੱਗਾ ਵੀ ਕੱਲ੍ਹ ਚੌਂਕੀ ਲਾਧੂਗੜ੍ਹ ਦਰਖਾਸਤ ਦੇ ਕੇ ਆਏ, ਜਿਹਨਾਂ ਬੰਦਿਆਂ ਨੇ ਪੈਸੇ ਲੈਣੇ ਆ, ਉਹਨਾਂ ਦਰਖਾਸਤ ਦੇ ਕਹਿਣ ਦੇ ਮੁਤਾਬਕ ਕਰੀਬ 11 ਲੱਖ ਰੁਪਈਆ, ਉਹ ਮਤਲਬ ਉਹਨਾਂ ਦੱਸਣ ਦੇ ਮੁਤਾਬਕ ਅਸੀਂ ਜ਼ਮੀਨ ਵੇਚੀ ਸੀ 1.25 ਕਿੱਲੋ, ਉਦੋਂ ਸਾਨੂੰ ਕੋਈ 10 ਲੱਖ ਰੁਪਈਏ ਦੇਤੇ ਸੀ, ਬਾਕੀ 11 ਲੱਖ ਰੁਪਈਏ ਰਹਿੰਦੇ ਆ। ਉਦੋਂ ਇਹਨੇ ਸਾਨੂੰ ਚੈੱਕ ਦੇਤੇ ਸੀ, ਕੋਈ ਮਤਲਬ ਚੈੱਕ ਵੀ ਪੈਸੇ ਕਢਾ ਲਿਆ ਜੇ, ਉਹ ਉਹਨਾਂ ਚੈੱਕ ਲਾਏ ਹੋਣਗੇ ਬੈਂਕ 'ਚ, ਚੈੱਕ ਬਾਊਂਸ ਹੋ ਗਏ, ਬਾਕੀ ਪੜਤਾਲ ਕਰਨ ਤੋਂ ਬਾਅਦ 'ਚ ਹੀ ਪਤਾ ਲੱਗਿਆ ਕਿ ਵੀ ਅਸਲ ਮੈਟਰ ਕੀ ਹੈਗਾ। ਧਰਨਾ ਉਹਨਾਂ ਪੀਸਫੁਲ ਲਗਾਇਆ, ਉਹ ਕਹਿੰਦੇ ਸਾਨੂੰ ਪੈਸੇ ਦਿਲਾਏ ਜਾਣ ਵਿੱਚ ਪੁਲਿਸ ਦਾ ਮੈਟਰ ਨਹੀਂ ਬਣਦਾ ਹੈਗਾ। ਧਰਨੇ ਨੂੰ ਅਸੀਂ ਕੋਈ ਲਾਅ ਐਂਡ ਆਰਡਰ ਦੀ ਸਮੱਸਿਆ ਨਾ ਆਵੇ, ਮਤਲਬ ਸੁਰੱਖਿਆ ਸੰਬੰਧੀ ਪੁਲਿਸ ਮੌਕੇ 'ਤੇ ਤੈਨਾਤ ਕੀਤੀ ਗਈ। ਉਹ ਕਿਹਾ ਵੀ ਜੋ ਤੁਸੀਂ ਆਪਦਾ ਬੈਠ ਕੇ ਦੋਨੇ ਦਿਨ ਆਪਦਾ ਬੈਠ ਕੇ ਨਿਬੜ ਲਓ, ਬਾਕੀ ਜਿਸ ਬੰਦੇ ਨੇ ਪੈਸੇ ਦੇਣਾ ਉਹਨਾਂ ਨੂੰ ਫੋਨ 'ਤੇ ਗੱਲ ਕੀਤੀ ਕਿ ਵੀ ਆਪਦਾ ਬੈਠ ਕੇ ਨਿਬੜ ਲਓ, ਬਾਕੀ ਉਹਨਾਂ ਦਾ ਜਾਂ ਆਪਸ 'ਚ ਬਹਿ ਕੇ ਨਿਬੜੀ ਤਾਂ ਠੀਕ ਹੈ, ਨਾ ਜੇ ਕੋਈ ਸਾਡਾ ਕੋਈ ਮੈਟਰ ਬਣਦਾ ਹੋਵੇ ਪੁਲਿਸ ਵੱਲੋਂ ਕਾਰਵਾਈ ਬਣਦੀ ਹੋਵੇ, ਕਾਰਵਾਈ ਕੀਤੀ ਜਾਏਗੀ।